ਮਹਿਲਾ ਕਾਲੀ ਦਲ ਦੇ ਪ੍ਰਧਾਨ ਬੀਬੀ ਜਾਗੀਰ ਕੌਰ ਨੇ 1984 ਦੇ ਸਿੱਖ ਦੰਗਿਆਂ ਦੇ ਲਈ ਗਾਂਧੀ ਪਰਿਵਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਮੰਗ ਕੀਤੀ ਹੈ ਕਿ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਦੇ ਨਾਲ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਗਾਂਧੀ ਪਰਿਵਾਰ ਤੇ ਵੀ ਸਖਤ ਕਾਰਵਾਈ ਕੀਤੀ ਜਾਵੇ ਬੀਬੀ ਜਾਗੀਰ ਕੌਰ ਨੇ ਪ੍ਰੈਸ ਵਾਰਤਾ ਵਿੱਚ ਕਿਹਾ ਕਿ ਜਗਦੀਸ਼ ਟਾਇਟਲਰ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੂੰ ਗਾਂਧੀ ਪਰਿਵਾਰ ਦੀ ਅਗਵਾਈ ਵਿੱਚ ਸੋ ਸਿੱਖਾਂ ਦੇ ਕਤਲ ਦੀ ਗੱਲ ਕਬੂਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਵੀਡੀਓ ਨੂੰ ਸਬੂਤ ਮੰਨਦੇ ਹੋਏ ਟਾਈਟਲਰ ਨੂੰ ਤੁਰੰਤ ਗ੍ਰਿਫਤਾਰ ਕਰਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਹਨਾਂ ਨੇ ਕਿਹਾ ਕਿ ਇਸ ਵੀਡੀਓ ਨਾਲ ਕਾਂਗਰਸ ਦਾ ਦਰਿੰਦਗੀ ਭਰਿਆ ਚਿਹਰਾ ਸਾਹਮਣੇ ਆਇਆ ਹੈ। ਬੀਬੀ ਜਾਗੀਰ گور ਨੇ ਕਿਹਾ ਕਿ ਸਿੱਖਾਂ ਦੇ ਕਤਲ ਪਿੱਛੇ ਕਾਂਗਰਸ ਅਤੇ ਗਾਂਧੀ ਪਰਿਵਾਰ ਦੀ ਗਹਿਰੀ ਸਾਜ਼ਿਸ਼ ਸੀ। ਇੰਦਰਾ ਗਾਂਧੀ ਦੇ ਕਤਲ ਦੇ ਬਾਅਦ ਸਵਰਗਵਾਸੀ ਰਾਜੀਵ ਗਾਂਧੀ ਨੇ ਵੀ ਕਿਹਾ ਸੀ ਕਿ ਜਦੋਂ ਕੋਈ ਵੱਡਾ ਦਰਖਤ गिरਦਾ ਹੈ ਤਾਂ ਕੀੜੇ ਮਕੌੜੇ ਤਾਂ ਮਰਦੇ ਹੀ ਹਨ। ਉਹਨਾਂ ਨੇ ਕਿਹਾ ਕਿ ਜਗਦੀਸ਼ ਟਾਇਟਲਰ ਦਾ ਮੂੰਹ ਬੰਦ ਰੱਖਣ ਦੇ ਲਈ ਹੀ ਕਾਂਗਰਸ ਉਹਨਾਂ ਨੂੰ ਉੱਚ ਆਉਂਦਿਆਂ ਤੇ ਵਿਰਾਜ਼ਮਾਨ ਕਰਦੀ ਹੈ। ਇਹੀ ਕਾਰਨ ਹੈ ਕਿ 33 ਸਾਲ ਬੀਤ ਜਾਣ ਤੇ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਜ਼ਗੀਰ ਕੌਰ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਅਦਾਲਤ, ਇਨਫੋਰਸਮੈਂਟ ਡਾਇਰੈਕਟਰ ਅਤੇ ਦਿੱਲੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਟਾਇਟਲਰ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਮਾਮਲੇ ਵਿੱਚ ਗਾਂਧੀ ਪਰਵਾਦ ਦੀ ਭੂਮਿਕਾ ਦੀ ਵੀ ਜਾਂਚ ਕਰਵਾਈ ਜਾਵੇ ਉਹਨਾਂ ਨੇ ਇਹ ਵੀ ਕਿਹਾ ਜੇਕਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਵੇਗੀ ਸਰਦਾਰ ਮਨਜੀਤ ਸਿੰਘ ਦੀ ਜੀਕੇ ਸਾਡੇ ਦਿੱਲੀ ਇਕਾਈ ਦੇ ਪ੍ਰਧਾਨ ਜਿਹੜੇ ਐ ਉਹਨਾਂ ਨੇ ਇੱਕ ਖੁਲਾਸਾ ਕੀਤਾ ਜਿਹੜਾ ਉਹਨਾਂ ਦੇ ਕੋਲ ਆਇਆ ਕਿ ਜਗਦੀਸ਼ ਟਾਈਟਲਰ ਨੇ ਮੰਨਿਆ ਕਿ ਮੈਂ ਸਿੱਖਾਂ ਦਾ ਕਤਲ ਕੀਤਾ ਆਪ ਮੰਨਿਆ ਮੈਂ 100 ਸਿੱਖਾਂ ਦਾ ਕਤਲ ਕੀਤਾ ਤੇ ਨਾਲ ਇਹ ਵੀ ਕਿਹਾ ਕਿ ਮੈਨੂੰ ਉਸ ਵੇਲੇ ਇੰਨੀ ਪਾਵਰ ਦਿੱਤੀ ਸੀ ਕਿ ਮੈਂ ਸਾਰੀ ਜੁਡੀਸ਼ੀ ਜਿਹੜੀ ਸੀ ਉਹ ਮੈਂ ਆਪ ਸਾਰਾ ਪ੍ਰਬੰਧ ਕਰਦਾ ਸੀ ਵੀ ਕਿੱਦਾਂ ਕਰਨਾ ਮੇਰੇ ਕਹਿਨ ਤੇ ਹੁੰਦਾ ਸੀ ਫਿਰ ਇਹ ਵੀ ਕਿਹਾ ਕਿ ਪੈਸੇ ਵੀ ਜਿਹੜੇ ਐ ਬੈਂਕਾਂ ਦੇ ਖਾਤਿਆਂ ਦੀ ਵੀ ਗੱਲ ਕੀਤੀ 150 ਕਰੋੜ ਰੁਪਏ ਆਜੇ ਵੀ ਮੇਰੇ ਕੋਲ ਆਉਣਾ ਹੈ ਪਰ ਇਹ ਸਾਰਾ ਕੁਝ ਜਿਹੜਾ ਦੱਸਦਾ ਹੈ ਕਿ ਉਹਦੇ ਉੱਤੇ ਸ਼ੈਲਟਰ ਕਿਦੀ ਸੀ ਸ਼ੈਲਟਰ ਸੀ ਗਾਂਧੀ ਪਰਿਵਾਰ ਦੀ ਸ਼ੈਲਟਰ ਸੀ ਕਿ ਇਹਦਾ ਮੂੰਹ ਨਾ ਖੁੱਲ ਜਾਵੇ ਤੇ ਸੱਚ ਜਿਹੜਾ ਲੋਕਾਂ ਸਾਹਮਣੇ ਨਾ ਆਜੇ ਉਹ ਸ਼ੈਲਟਰ ਜਿਹੜੀ ਸੀ ਅੱਜ ਨੰਗੀ ਹੋ ਗਈ ਐ ਵੀ ਕਿਹਨਾਂ ਲੋਕਾਂ ਦੇ ਹੱਥ ਸੀ ਸਿੱਖਾਂ ਨੂੰ ਮਾਰਨ ਦਾ ਸੋ ਸਿੱਖਾਂ ਨੂੰ ਜਿਹੜਾ ਕਤਲੇਆਮ ਹੋਇਆ ਉਹਦਾ ਇਨਸਾਫ ਅੱਜ ਤੱਕ ਕਿਉਂ ਨਹੀਂ ਮਿਲਿਆ ਕਿਉਂਕਿ ਜਦੋਂ ਸੈਂਟਰ ਦੇ ਵਿੱਚ ਲਗਾਤਾਰ 10 ਸਾਲ ਇੱਕ ਵਾਰੀ ਲਗਾਤਾਰ ਸਰਕਾਰ ਰਹੀ ਤਾਂ ਕਾਂਗਰਸ ਦੀ ਉਹਨਾਂ ਸਾਰਾ ਕੇਸ ਜਿਹੜੇ ਸੀ ਖੁਰਦ-ਬੁਰਦ ਕਰਦੇ ਫੋਰਾ ਬਿਟ ਨਿਊਜ਼ ਪਲੀਜ਼ ਅਬਸਕ੍ਰਾਈਬ ਈਵਨ ਨਿਊਜ਼ ਐਪ ਰਿੰਗ ਦ ਬੈਲ